ਤੁਹਾਨੂੰ ਲੱਗਦਾ ਹੈ ਕਿ ਜਿਹੜੇ ਯੂਥ ਆ ਉਹ ਜ਼ਿਆਦਾ ਸ਼ਹੀਦ ਭਗਤ ਸਿੰਘ ਬਾਰੇ ਨਹੀਂ ਜਾਣਦੇ ਤੇ ਉਹ ਸਿੱਧੂ ਮੂਸੇ ਵਾਲੇ ਕਰਨ ਔਜਲਾ ਵੱਲ ਜਾਂਦੇ ਆ ਕਿਤਾਬਾਂ 'ਚ ਵੀ ਜ਼ਿਕਰ ਨਹੀਂ ਕੀਤਾ ਹੋਇਆ ਮਹਾਤਮਾ ਗਾਂਧੀ ਜੀ ਦਾ ਜ਼ਿਆਦਾ ਕੀਤਾ ਹੋਇਆ ਉਹਨਾਂ ਦੇ ਪੁਤਲੇ ਲਗਾਏ ਹੋਏ ਨੇ ਭਗਤ ਸਿੰਘ ਦੇ ਵੀ ਲੱਗਣੇ ਚਾਹੀਦੇ ਨੇ ਜਿਵੇਂ ਅੱਜ ਉਹਨਾਂ ਦਾ ਬਰਥਡੇ ਆ ਭਗਤ ਸਿੰਘ ਜੀ ਦਾ ਅਤੇ ਜਿਵੇਂ ਮਹਾਤਮਾ ਗਾਂਧੀ 2 ਅਕਤੂਬਰ ਨੂੰ ਸ਼ਹੀਦ ਹੋਏ ਸੀ ਅਤੇ ਪੂਰਾ ਭਾਰਤ ਬੰਦ ਕੀਤਾ ਛੁੱਟੀ ਐਲਾਨ ਕੀਤੀ ਸੀ ਅਤੇ ਭਗਤ ਸਿੰਘ ਜਿਹੜੇ ਅੱਜ ਹੋਏ ਨੇ ਅੱਜ ਦੀ ਡੇਟ 28 ਸਤੰਬਰ ਅਤੇ ਅੱਜ ਜੀ ਵੀ ਭਾਰਤ ਬੰਦ ਹੋਣਾ ਚਾਹੀਦਾ ਛੁੱਟੀ ਮਿਲਣੀ ਚਾਹੀਦੀ ਹੈ ਅਤੇ ਤੁਸੀਂ ਭਗਤ ਸਿੰਘ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਮਾਣ ਆ ਕਿ ਅਸੀਂ ਭਗਤ ਸਿੰਘ ਜਿੱਥੇ ਇਨ ਦੇਸ਼ ਨੂੰ ਆਜ਼ਾਦ ਕਰਾਇਆ ਸੀ ਉਹ ਦੇਸ਼ 'ਚ ਰਹਿੰਦੇ ਹਾਂ ਅਤੇ ਗਾਂਧੀ ਦੀ ਥਾਂ 'ਤੇ ਭਗਤ ਸਿੰਘ ਦੀ ਫੋਟੋ ਹੋਣੀ ਚਾਹੀਦੀ ਆ ਕਰੰਸੀ 'ਤੇ ਆਪਣੀ ਦੇਸ਼ ਦੀ ਕਿਉਂਕਿ ਗਾਂਧੀ ਨਾਲੋਂ ਜ਼ਿਆਦਾ ਮਿਹਨਤ ਭਗਤ ਸਿੰਘ ਹੋਣਾ ਨੇ ਕੀਤੀ ਆ ਅਤੇ ਫਾਂਸੀ ਲਿੱਤੀ ਦੇਸ਼ ਨੂੰ ਆਜ਼ਾਦ ਕਰਾਇਆ ਸੋ ਅਸੀਂ ਇਹੀ ਕਹਾਂਗੇ ਕਿ ਭਗਤ ਸਿੰਘ ਦੀ ਫੋਟੋ ਲਾਈ ਜਾਵੇ ਮਹਾਤਮਾ ਗਾਂਧੀ ਜਿੰਨਾ ਜ਼ਿਕਰ ਕਿਤਾਬਾਂ 'ਚ ਕੀਤਾ ਹੋਇਆ ਉਸ ਤੋਂ ਜ਼ਿਆਦਾ ਭਾਰਤ ਭਗਤ ਸਿੰਘ ਦਾ ਜੀ ਦਾ ਹੋਣਾ ਚਾਹੀਦਾ ਕਿ ਯੂਥ ਨੂੰ ਉਹਨੇ ਬਾਰੇ ਵੀ ਪਤਾ ਚੱਲੇ ਮਹਾਤਮਾ ਗਾਂਧੀ ਦੇ ਤਾਂ ਸਾਨੂੰ ਸਕੂਲਾਂ 'ਚ ਭਗਤ ਸਿੰਘ ਦੇ ਬਾਰੇ ਇੰਨਾ ਨਹੀਂ ਦੱਸਿਆ ਗਿਆ ਜਿੰਨਾ ਮਹਾਤਮਾ ਗਾਂਧੀ ਹੈ ਨਹਿਰੂ ਜੀ ਸਾਰਾ ਦੱਸਿਆ ਮੈਂ ਇਹੀ ਚਾਹੂੰਗਾ ਕਿ ਹਰੇਕ ਘਰ ਵਿੱਚ ਇੱਕ ਭਗਤ ਸਿੰਘ ਹੋਣਾ ਚਾਹੀਦਾ ਹੈ ਤਾਂ ਕਿ ਦੇਸ਼ ਜਾਗਰੂਕ ਰਹੇ ਅਤੇ ਸਾਡੇ ਕਿਸਾਨ ਭਾਈਆਂ ਦਾ ਸਾਥ ਦਿੱਤਾ ਜਾਵੇ ਕਿ ਅੱਜ ਭਗਤ ਸਿੰਘ ਹੁੰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਸਾਨੂੰ ਨਸ਼ਿਆਂ 'ਚ ਪੈਣ ਕਰਕੇ ਗਲਤ ਆਦਤਾਂ 'ਚ ਪੈਣ ਕਰਕੇ ਕਈ ਤਾਂ ਭੁੱਲ ਹੀ ਪਏ ਨੇ ਭਗਤ ਸਿੰਘ ਕੌਣ ਹੈ ਹਾਂ ਅਸੀਂ ਰੌਲੇ ਬਹੁਤ ਪਾਉਂਦੇ ਹਾਂ ਕਿ ਹਾਂਜੀ ਭਗਤ ਸਿੰਘ ਦਾ ਜਨਮ ਦਿਨ ਹੈ ਜਨਮ ਸ਼ਤਾਬਦੀ ਮਨਾ ਰਹੇ ਹਾਂ ਥਾਂ ਥਾਂ 'ਤੇ ਹਾਰ ਪਾ ਦਿੱਤੇ ਇਹ ਕਰ ਦਿੱਤੇ ਬਹੁਤ ਕੁਝ ਕੀਤਾ ਜਾਂਦਾ ਇਸ ਨਾਮ ਦੇ ਉੱਤੇ ਪਰ ਅਸਲ ਵਿੱਚ ਕਿ ਅਸੀਂ ਭਗਤ ਸਿੰਘ ਦੀ ਇਹ ਸ਼ਤਾਬਦੀ ਨੂੰ ਸਹੀ ਮਾਇਨੇ 'ਚ ਮਨਾ ਵੀ ਰਹੇ ਹਾਂ ਜਾਂ ਨਹੀਂ ਮਨਾ ਰਹੇ ਜਨਮ ਦਿਨ ਮਨਾਉਣ ਦਾ ਤਾਂ ਫਾਇਦਾ ਨਾ ਕਿ ਆਪਾਂ ਉਹਨਾਂ ਦੇ ਦੱਸੇ ਮਾਰਗ 'ਤੇ ਚੱਲੀਏ ਅਤੇ ਇਸ ਕਰਕੇ ਮੈਨੂੰ ਤਾਂ ਐਂ ਲੱਗਦਾ ਕਿ ਜੇ ਸਾਰਥਕ ਬਣਾਉਣਾ ਮੈਂ ਤਾਂ ਸਾਨੂੰ ਆਪਣੀਆਂ ਗਲਤ ਆਦਤਾਂ ਨੂੰ ਛੱਡਦੇ ਹੋਏ ਉਹਨਾਂ ਦੇ ਦੱਸੇ ਹੋਏ ਮਾਰਗਦਰਸ਼ਨ 'ਤੇ ਚੱਲਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲਓ ਲੁਧਿਆਣਾ ਟਾਈਮਸ ਅਤੇ ਮੈਂ ਹਾਂ ਹਰਸ਼ ਕੌਰ ਅੱਜ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਹੈ ਤਾਂ ਇਸ ਬਾਰੇ ਆਪਾਂ ਯੂਥ ਨਾਲ ਗੱਲ ਕਰਾਂਗੇ ਕਿ ਉਹ ਕਿੰਨਾ ਜਾਣਦੇ ਸ਼ਹੀਦ ਭਗਤ ਸਿੰਘ ਬਾਰੇ ਅੱਜ 28 ਸਤੰਬਰ ਆ ਤੁਹਾਨੂੰ ਪਤਾ ਅੱਜ ਕੀ ਹੈ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਠੀਕ ਹੈ ਅਤੇ ਤੁਸੀਂ ਜਿਵੇਂ ਸ਼ਹੀਦ ਭਗਤ ਸਿੰਘ ਦਾ ਜਨਮ ਹੈ ਤੁਹਾਨੂੰ ਪਤਾ ਕਿ ਉਹ ਕਿਹੜੀ ਉਮਰ 'ਚ ਸ਼ਹੀਦ ਹੋਏ ਸੀ ਉਹ 23 ਸਾਲ ਦੀ ਉਮਰ 'ਚ ਸ਼ਹੀਦ ਹੋਏ ਸੀ ਅਤੇ ਸ਼ਹੀਦ ਭਗਤ ਸਿੰਘ ਜਿਵੇਂ 23 ਈਅਰ 'ਚ ਸ਼ਹੀਦ ਹੋਏ ਸੀ ਤੁਹਾਨੂੰ ਪਤਾ ਕਿ ਉਹ ਕਿਉਂ ਸ਼ਹੀਦ ਹੋਏ ਸੀ ਉਹਨਾਂ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਸੀਗੀ ਅਤੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਹੁਣ ਸਿੱਧੂ ਮੂਸੇਵਾਲੇ ਨੂੰ ਸਾਰੇ ਜਾਣਦੇ ਆ ਯੂਥ ਸਾਰਾ ਜਾਣਦਾ ਤਾਂ ਤੁਸੀਂ ਇਸ ਬਾਰੇ ਕੀ ਕਹੋਗੇ ਉਹਨੇ ਗਾਣਾ ਜਦ ਕੱਢਿਆ ਸੀ ਆਪਣੇ ਆਪ ਹੀ ਲੀਰਿਕਸ ਖੁਦ ਵੀ ਲਿਖਦਾ ਉਹਨੇ ਵਧੀਆ ਆਪਣਾ ਗਾਣਾ ਕੱਢਿਆ ਯੂਥ ਵਿੱਚ ਫੇਮਸ ਹੋਇਆ ਪਸੰਦ ਆਇਆ ਸਾਡਾ ਵੀ ਫੇਵਰੇਟ ਹੈ ਸਿੱਧੂ ਮੂਸੇਵਾਲਾ ਅਤੇ ਤੁਹਾਨੂੰ ਲੱਗਦਾ ਕਿ ਜਿਹੜੇ ਯੂਥ ਆ ਉਹ ਜ਼ਿਆਦਾ ਸ਼ਹੀਦ ਭਗਤ ਸਿੰਘ ਬਾਰੇ ਨਹੀਂ ਜਾਣਦੇ ਅਤੇ ਉਹ ਸਿੱਧੂ ਮੂਸੇਵਾਲੇ ਕਰਨ ਔਜਲਾ ਵੱਲ ਜਾਂਦੇ ਆ ਹਾਂ ਬਿਲਕੁਲ ਯੂਥ ਇੰਨਾ ਨਹੀਂ ਜਾਣਦਾ ਭਗਤ ਸਿੰਘ ਬਾਰੇ ਪਰ ਇਹ ਜਾਣਦਾ ਕਿ ਆਜ਼ਾਦੀ ਹੋਈ ਸੀ ਉਹਨਾਂ ਬਾਰੇ ਇੰਨਾ ਕਿਤਾਬਾਂ 'ਚ ਵੀ ਜ਼ਿਕਰ ਨਹੀਂ ਕੀਤਾ ਹੋਇਆ ਮਹਾਤਮਾ ਗਾਂਧੀ ਜੀ ਦਾ ਜ਼ਿਆਦਾ ਕੀਤਾ ਹੋਇਆ ਉਹਨਾਂ ਦੇ ਪੁਤਲੇ ਲਗਾਏ ਹੋਏ ਨੇ ਭਗਤ ਸਿੰਘ ਦੇ ਵੀ ਲੱਗਣੇ ਚਾਹੀਦੇ ਨੇ ਜਿਵੇਂ ਅੱਜ ਉਹਨਾਂ ਦਾ ਬਰਥਡੇ ਆ ਭਗਤ ਸਿੰਘ ਜੀ ਦਾ ਅਤੇ ਜਿਵੇਂ ਮਹਾਤਮਾ ਗਾਂਧੀ 2 ਅਕਤੂਬਰ ਨੂੰ ਸ਼ਹੀਦ ਹੋਏ ਸੀ ਅਤੇ ਪੂਰਾ ਭਾਰਤ ਬੰਦ ਕੀਤਾ ਛੁੱਟੀ ਐਲਾਨ ਕੀਤੀ ਸੀ ਅਤੇ ਭਗਤ ਸਿੰਘ ਜਿਹੜੇ ਅੱਜ ਹੋਏ ਨੇ ਅੱਜ ਦੀ ਡੇਟ 28 ਸਤੰਬਰ ਅਤੇ ਅੱਜ ਜੀ ਵੀ ਭਾਰਤ ਬੰਦ ਹੋਣਾ ਚਾਹੀਦਾ ਛੁੱਟੀ ਮਿਲਣੀ ਚਾਹੀਦੀ ਆ ਅਤੇ ਜਿਵੇਂ ਸ਼ਹੀਦ ਭਗਤ ਸਿੰਘ ਜਦੋਂ ਸ਼ਹੀਦ ਹੋਏ ਸੀ ਉਹਨਾਂ ਨਾਲ 2 ਹੋਰ ਸ਼ਹੀਦ ਹੋਏ ਸੀ ਤੁਸੀਂ ਉਹਨਾਂ ਦੇ ਨਾਮ ਦੱਸ ਸਕਦੇ ਹੋ ਹਾਂਜੀ ਹਾਂਜੀ ਉਹ ਇੱਕ ਸੁਖਦੇਵ ਇੱਕ ਰਾਜਗੁਰੂ ਅਤੇ ਤੁਹਾਨੂੰ ਪਤਾ ਹੈ ਤਿੰਨਾਂ 'ਚੋਂ ਕਿਹੜੇ ਲੁਧਿਆਣੇ ਤੋਂ ਨੇ ਹਾਂਜੀ ਇੱਕ ਤਾਂ ਸਾਡੇ ਭਗਤ ਸਿੰਘ ਜੀ ਹੈ ਅਤੇ ਦੂਜੇ ਸੁਖਦੇਵ ਅਤੇ ਤੁਸੀਂ ਭਗਤ ਸਿੰਘ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਮਾਣ ਆ ਕਿ ਅਸੀਂ ਭਗਤ ਸਿੰਘ ਜਿੱਥੇ ਇਨ ਦੇਸ਼ ਨੂੰ ਆਜ਼ਾਦ ਕਰਾਇਆ ਸੀ ਉਹ ਦੇਸ਼ 'ਚ ਰਹਿੰਦੇ ਹਾਂ ਅਤੇ ਗਾਂਧੀ ਦੀ ਥਾਂ 'ਤੇ ਭਗਤ ਸਿੰਘ ਦੀ ਫੋਟੋ ਹੋਣੀ ਚਾਹੀਦੀ ਆ ਕਰੰਸੀ 'ਤੇ ਆਪਣੀ ਦੇਸ਼ ਦੀ ਕਿਉਂਕਿ ਗਾਂਧੀ ਨਾਲੋਂ ਜ਼ਿਆਦਾ ਮਿਹਨਤ ਭਗਤ ਸਿੰਘ ਹੋਣਾ ਨੇ ਕੀਤੀ ਆ ਅਤੇ ਫਾਂਸੀ ਲਿੱਤੀ ਦੇਸ਼ ਨੂੰ ਆਜ਼ਾਦ ਕਰਾਇਆ ਸੋ ਅਸੀਂ ਇਹੀ ਕਹਾਂਗੇ ਕਿ ਭਗਤ ਸਿੰਘ ਦੀ ਫੋਟੋ ਲਾਈ ਜਾਵੇ ਆਪਣੇ ਅੱਜ ਦੇ ਨੋਟਾਂ 'ਤੇ ਬਸ ਇਸ ਕਰਕੇ ਇੱਕ ਸਿੰਗਰ ਨੇ ਗਾਣਾ ਗਾਇਆ ਸੀ ਭਗਤ ਸਿੰਘ ਦੀ ਫੋਟੋ ਕਿਉਂ ਨਹੀਂ ਲੱਗਦੀ ਨੋਟਾਂ 'ਤੇ ਲੱਗਣੀ ਚਾਹੀਦੀ ਹੈ ਅਤੇ ਮਹਾਤਮਾ ਗਾਂਧੀ ਜਿੰਨਾ ਜ਼ਿਕਰ ਕਿਤਾਬਾਂ 'ਚ ਕੀਤਾ ਹੋਇਆ ਉਸ ਤੋਂ ਜ਼ਿਆਦਾ ਭਾਰਤ ਭਗਤ ਸਿੰਘ ਦਾ ਜੀ ਦਾ ਹੋਣਾ ਚਾਹੀਦਾ ਕਿ ਯੂਥ ਨੂੰ ਉਹਨੇ ਬਾਰੇ ਵੀ ਪਤਾ ਚੱਲੇ ਮਹਾਤਮਾ ਗਾਂਧੀ ਦੇ ਤਾਂ ਸਾਨੂੰ ਸਕੂਲਾਂ 'ਚ ਭਗਤ ਸਿੰਘ ਦੇ ਬਾਰੇ ਇੰਨਾ ਨਹੀਂ ਦੱਸਿਆ ਗਿਆ ਜਿੰਨਾ ਮਹਾਤਮਾ ਗਾਂਧੀ ਹੈ ਨਹਿਰੂ ਜੀ ਸਾਰਾ ਦੱਸਿਆ ਸਾਨੂੰ ਤਾਂ ਬਾਅਦ 'ਚ ਅਸੀਂ ਪੰਜਾਬੀ ਹਾਂ ਤਾਂ ਸਾਨੂੰ ਆਪਸ 'ਚ ਲੋਕਾਂ ਕੋਲੋਂ ਬਜ਼ੁਰਗਾਂ ਕੋਲੋਂ ਪਤਾ ਚੱਲਦਾ ਕਿ ਭਗਤ ਸਿੰਘ ਜੀ ਸਾਡੇ ਕੀ ਸੀਗੇ ਮਾਣ ਹੈ ਸਾਨੂੰ ਉਹਨਾਂ ਦੇ ਸ਼ਹੀਦ ਹੋਣ ਦਾ ਕਹਿਣੀ ਚਾਹੁੰਦਾ ਕਿ ਅੱਜ ਜਿਸ ਹਿਸਾਬ ਨਾਲ ਦੇਸ਼ ਦੇ ਮਾਹੌਲ ਹੋਇਆ ਹੋਇਆ ਹੈ ਮੈਂ ਇਹੀ ਚਾਹੂੰਗਾ ਕਿ ਹਰੇਕ ਘਰ ਵਿੱਚ ਇੱਕ ਭਗਤ ਸਿੰਘ ਹੋਣਾ ਚਾਹੀਦਾ ਹੈ ਤਾਂ ਕਿ ਦੇਸ਼ ਜਾਗਰੂਕ ਰਹੇ ਅਤੇ ਸਾਡੇ ਕਿਸਾਨ ਭਾਈਆਂ ਦਾ ਸਾਥ ਦਿੱਤਾ ਜਾਵੇ ਕਿ ਅੱਜ ਭਗਤ ਸਿੰਘ ਹੁੰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਸਾਨੂੰ ਅੱਜ ਭਗਤ ਸਿੰਘ ਸਾਰੀ ਜਗ੍ਹਾ ਤੇ ਗਾਂਧੀ ਹੋਇਆ ਪਿਆ ਬੱਚਿਆਂ ਨੂੰ ਸੁਖਦੇਵ ਜੀ ਭਗਤ ਸਿੰਘ ਬਾਰੇ ਵੀ ਪੜਾਇਆ ਜਾਵੇ ਉਹਨਾਂ ਬਾਰੇ ਵੀ ਦੱਸਿਆ ਜਾਵੇ ਵੀ ਇਹਨਾਂ ਨੇ ਕੀ ਕੀਤਾ ਦੇਸ਼ ਦੇ ਲਈ ਸਾਰੀ ਜਗ੍ਹਾ ਗਾਂਧੀ ਹੋਈ ਪਈ ਹੈ ਅੱਜ ਜਿਵੇਂ ਭਗਤ ਸਿੰਘ ਜੀ ਦਾ ਜਨਮ ਆ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਮਨਾਉਣਾ ਬੱਚਿਆਂ ਤੋਂ ਕਿ ਸਾਰਥਕ ਹੈ ਕਿ ਨਹੀਂ ਬੇਟਾ ਸਾਰਥਕ ਤੇ ਅਸੀਂ ਤਾਂ ਕਹੀਏ ਨਾ ਕਿ ਜੇ ਅੱਜ ਦੇ ਨੌਜਵਾਨਾਂ ਨੂੰ
ਨਸ਼ਿਆਂ 'ਚ ਪੈਣ ਕਰਕੇ ਗਲਤ ਆਦਤਾਂ 'ਚ ਪੈਣ ਕਰਕੇ ਕਈ ਤਾਂ ਭੁੱਲੇ ਹੀ ਪਏ ਨੇ ਭਗਤ ਸਿੰਘ ਕੌਣ ਹੈ। ਹਾਂ ਅਸੀਂ ਰੌਲੇ ਬਹੁਤ ਪਾਉਂਦੇ ਹਾਂ ਕਿ ਹਾਂਜੀ ਭਗਤ ਸਿੰਘ ਦਾ ਜਨਮਦਿਨ ਹੈ, ਜਨਮ ਸ਼ਤਾਬਦੀ ਮਨਾ ਰਿਹਾ, ਥਾਂ ਥਾਂ 'ਤੇ ਹਾਰ ਪਾ ਦਿੱਤੇ ਹੈ, ਕਰ ਦਿੱਤੇ, ਬਹੁਤ ਕੁਛ ਕੀਤਾ ਜਾਂਦਾ ਇਸ ਨਾਮ ਦੇ ਉੱਤੇ। ਪਰ ਅਸਲ ਵਿੱਚ ਕਿ ਅਸੀਂ ਭਗਤ ਸਿੰਘ ਦੀ ਇਹ ਸ਼ਤਾਬਦੀ ਨੂੰ ਸਹੀ ਮਾਇਨੇ 'ਚ ਮਨਾ ਵੀ ਰਹੇ ਹਾਂ ਜਾਂ ਨਹੀਂ ਮਨਾ ਰਹੇ? ਕਿਉਂਕਿ ਭਗਤ ਸਿੰਘ ਤਾਂ ਬਹੁਤ ਛੋਟੀ ਉਮਰ ਜਵਾਨੀ ਦੇ ਵਿੱਚ ਹੀ ਸਾਰੀ ਆਪਣਾ ਪਰਿਵਾਰ ਆਪਣਾ ਆਪ ਆਪਣੇ ਦੇਸ਼ ਕੌਮ ਲਈ ਵਾਰ ਗਿਆ। ਪਰ ਅੱਜ ਦਾ ਨੌਜਵਾਨ ਕੀ ਕਰ ਰਿਹਾ? ਅੱਜ ਦਾ ਨੌਜਵਾਨ ਨਸ਼ੇ ਗਲਤ ਆਦਤਾਂ ਦੇ ਵਿੱਚ ਪੈ ਕੇ ਆਪਣਾ ਭਵਿੱਖ ਬਰਬਾਦ ਕਰ ਰਿਹਾ। ਹਾਂ ਲੋੜ ਤਾਂ ਹੈ ਕਿ ਸਾਨੂੰ ਉਸ ਜਨਮ ਨੂੰ ਸਾਰਥਕ ਬਣਾਇਆ ਜਾਵੇ। ਕਿੱਦਾਂ? ਇਸ ਲਈ ਕਿ ਭਗਤ ਸਿੰਘ ਦੇ ਜਿਹੜੇ ਕਾਰਨਾਮੇ ਨੇ ਆਪਣੇ ਦੇਸ਼ ਕੌਮ ਲਈ ਪਰਿਵਾਰ ਲਈ ਮਰ ਮਿਟਣ ਵਾਲੇ, ਆਪਾਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲੀਏ, ਦੇਸ਼ ਨੂੰ ਪਿਆਰ ਕਰੀਏ, ਗਲਤ ਆਦਤਾਂ ਨੂੰ ਛੱਡੀਏ। ਨਸ਼ਿਆਂ 'ਚ ਅੱਜ ਦਾ ਨੌਜਵਾਨ ਨਸ਼ਿਆਂ 'ਚ ਵੜਦਾ ਜਾ ਰਿਹਾ, ਉਹ ਵੀ ਤਾਂ ਭਗਤ ਸਿੰਘ ਦੇ ਅੰਸ਼ਾਂ ਵਿੱਚੋਂ ਹੀ ਹੈ। ਪਰ ਜਦੋਂ ਆਪਾਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਨਹੀਂ ਚੱਲਦੇ ਤਾਂ ਜਨਮਦਿਨ ਮਨਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ। ਜਨਮਦਿਨ ਮਨਾਉਣ ਦਾ ਤਾਂ ਫਾਇਦਾ ਨਾ ਕਿ ਆਪਾਂ ਉਹਨਾਂ ਦੇ ਦੱਸੇ ਮਾਰਗ 'ਤੇ ਚੱਲੀਏ। ਅਤੇ ਇਸ ਕਰਕੇ ਮੈਨੂੰ ਤਾਂ ਐਂ ਲੱਗਦਾ ਕਿ ਜੇ ਸਾਰਥਕ ਬਣਾਉਣਾ ਮੈਂ ਤਾਂ ਸਾਨੂੰ ਆਪਣੀਆਂ ਗਲਤ ਆਦਤਾਂ ਨੂੰ ਛੱਡਦੇ ਹੋਏ ਉਹਨਾਂ ਦੇ ਦੱਸੇ ਹੋਏ ਮਾਰਗਦਰਸ਼ਨ 'ਤੇ ਚੱਲਣਾ ਚਾਹੀਦਾ ਹੈ। ਆਪਣੇ ਦੇਸ਼ ਕੌਮ ਲਈ, ਆਪਣੇ ਪਰਿਵਾਰ ਦੇ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ, ਤਿਆਰ ਰਹਿਣਾ ਚਾਹੀਦਾ, ਮਰ ਮਿਟਣ ਦੇ ਲਈ ਕੁਝ ਚੰਗਾ ਕਰਨ ਲਈ, ਤਾਂ ਜੋ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਚੰਗਾ ਬਣ ਸਕੇ। ਜਿਵੇਂ ਕਿ ਤੁਸੀਂ ਸੁਣਿਆ ਕਿ ਕਈ ਲੋਕਾਂ ਨੂੰ ਪਤਾ ਸੀਗਾ ਕਿ ਸ਼ਹੀਦ ਭਗਤ ਸਿੰਘ ਜੀ ਕੌਣ ਹੈ ਅਤੇ ਕਈਆਂ ਨੂੰ ਨਹੀਂ, ਅਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਜਾਣਨਾ ਚਾਹੀਏ ਕਿ ਸ਼ਹੀਦ ਭਗਤ ਸਿੰਘ ਕੌਣ ਹੈ, ਉਹਨਾਂ ਨੇ ਕੀ ਸੇਵਾ ਕੀਤੀ ਹੈ, ਉਹਨਾਂ ਨੇ ਇਸ ਦੇਸ਼ ਲਈ ਆਜ਼ਾਦੀ ਦਵਾਈ ਹੈ। ਅਤੇ ਤੁਸੀਂ ਹੋਰ ਵਧੇਰੇ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਮੈਂ ਹਰਸ਼ ਕੌਰ, ਕੈਮਰਾਮੈਨ ਦੀਪਕ ਨਾਲ।